ਉਹਨੜੇ ਪੈਰਾਂ ਨਾਲ ਚੱਲਦੇ ਆਂ ਜੀ ਉੱਥੇ ਕੀ ਕੁਝ ਹੋ ਗਿਆ ਮਿੰਟੂ ਜੀ ਦਰਜੀਤ ਦਸਾਂਜ ਨੇ ਵੀ ਪੋਸਟ ਪਾ ਕੇ ਲਿਖਿਆ ਸੀਗਾ ਕਿ ਬਾਅਦ ਆਉ ਧਰਮ ਦੇ ਠੇਕੇਦਾਰ ਬੜਾ ਮਿੰਟੂ ਜੀ ਸਾਡੇ ਮਤਲਬ ਇੱਥੇ ਨਹੀਂ ਇਹ ਕੱਲਾ ਹਾਲ ਸਭ ਜਗ੍ਹਾ ਦੇ ਤੇ ਇਸ ਤਰ੍ਹਾਂ ਦੇ ਹਾਲ ਚੱਲਦਾ ਦੇਖੋ ਗੱਲ ਕੀ ਹੈ ਕਿ ਮਾਫ ਕਰਨਾ ਈਰਾਨ ਛਿੜਾ ਸੀਗਾ ਨਾ ਈਰਾਨ ਦੀ ਹਿਸਟਰੀ ਚਲੋ ਆਪਣੇ ਕੋਲ ਟਾਈਮ ਜਿਹੜਾ ਬੜਾ ਥੋੜਾ ਹੈ ਜੀ ਫਿਰ ਕਦੇ ਸੁਣਾ ਦੂੰਗਾ ਜੀ ਜੀ ਈਰਾਨ ਪੰਜਾਵੇਂ ਚ 60ਵੇਂ ਚ ਇੱਕ ਬੜਾ ਲਿਬਰਲ ਦੇ ਸੀਗਾ ਜੀ ਠੀਕ ਹੈ ਜੀ ਉਹ ਇਹਨੂੰ ਵੀ ਮਾਰਿਆ ਹੈ ਇਹਨਾਂ ਨੇ ਜਿਹੜੀਆਂ ਸਾਮਰਾਜੀ ਸ਼ਕਤੀਆਂ ਨੇ ਜੀ ਉਹ ਹਿਸਟਰੀ ਚਲੋ ਲੰਮੀ ਚੌੜੀ ਆ ਮਤਲਬ ਕਿ ਤੁਸੀਂ ਇਹ ਦੇਖੋ ਤੁਸੀਂ ਫੋਟੋਆਂ ਕੱਢ ਲਿਓ ਗੂਗਲ ਤੇ ਪੰਜਾਵੇਂ 60ਵੇਂ ਚ ਉਥੋਂ ਦੀਆਂ ਔਰਤਾਂ ਅੱਜ ਦੇ ਯੂਰਪੀ ਔਰਤਾਂ ਦੇ ਪਹਿਰਾਵੇ ਵਰਗੇ ਲੀੜੇ ਪਾਉਂਦੀਆਂ ਸੀਗੀਆਂ ਸਾਵ ਲਾ ਲਓ ਉਹ ਮੁਲਕ ਕਿਤੇ ਖਲੋਤਾ ਹੋਏਗਾ ਯੂਨੀਵਰਸਟੀਆਂ ਸਕੂਲ ਤਹਿਲ ਵੀ ਦੇ ਟਾਈਮ ਉਹ ਸਾਰਾ ਕੁਝ ਸ਼ੁਰੂ ਹੋਇਆ ਤਾਂ ਬਹੁਤ ਜ਼ਬਰਦਸਤ ਸੀ ਪਰ ਬਾਦ ਦੇ ਵਿੱਚ ਉਹ ਕਹਿੰਦੇ ਨਹੀਂ ਕ੍ਰਾਂਤੀ ਲਿਆਉਣੀ ਆ ਧਰਮ ਦੇ ਨਾਮ ਤੇ ਕ੍ਰਾਂਤੀ ਆਈ ਤਾਂ ਉਹ ਇਸਲਾਮਿਕ ਵੈਲਿਊਜ਼ ਵਾਲੇ ਪਾਸੇ ਵੱਧ ਕੇ ਕਹਿੰਦੇ ਹਾਂ ਭਾਈ ਇਹ ਸਾਨੂੰ ਇਹ ਜ਼ਰੂਰੀ ਹੈ ਤਾਂ ਉਹਨੂੰ 1979 ਦੀ ਕ੍ਰਾਂਤੀ ਕਹਿੰਦੇ ਆ ਤਾਂ ਉਸ ਤੋਂ ਬਾਅਦ ਫਿਰ ਤੁਹਾਨੂੰ ਪਤਾ ਜਦੋਂ ਇੱਕ ਧਰਮ ਵਿਸ਼ੇਸ਼ ਦਾ ਕਿਤੇ ਰਾਜ ਆ ਜਾਂਦਾ ਹੈ ਤਾਂ ਉਹ ਜਿਹੜੇ ਧਰਮ ਦੇ ਇਸ ਤਰ੍ਹਾਂ ਪੁਜਾਰੀ ਹੁੰਦੇ ਆ ਜੀ ਉਹ ਜਦੋਂ ਚਲਾਉਂ ਲੱਗ ਪੈਂਦੇ ਫਿਰ ਉਹ ਆਪਦੇ ਹਿਸਾਬ ਕਿਤਾਬ ਨਾਲ ਚਲਾਉਂਦੇ ਆ ਜੀ ਅਸਲ ਚੌਥੇ ਇਰਾਨ ਚ ਜਿਹੜੀ ਘਟਨਾ ਹੋਈ ਆ ਨਾ ਥੋੜਾ ਜਿਹਾ ਤੁਹਾਨੂੰ ਮੈਂ ਉਹਦਾ ਪਿਸ਼ੋਕੜ ਦੱਸ ਦੇਣਾ ਬੇਸਿਕਲੀ ਤੇ ਸਾਰਿਆਂ ਨੂੰ ਪਤਾ ਹੋਣਾ ਜੀ ਕੋਈ ਇੱਕ ਉੱਥੇ ਨਾ Kurds ਸ਼ਲੋਕ ਨੇ ਤੁਹਾਨੂੰ ਪਤਾ ਹੈ ਕਿ ਅੱਗੇ Kurdsਾਂ ਨੇ ਸੀਰੀਆ ਦੇ ਵਿੱਚ ਵੀ ਬੜੀ ਹੱਤੋਂ ਚੱਕੀ ਸੀ ਆਤਿ ਇਸ ਕਰਕੇ ਚੱਕੀ ਸੀ ਕਿਉਂਕਿ ਇੱਕ ਨਾ Kurds ਬੈਲਟ ਹੈ ਸੀਰੀਆ ਚ ਵੀ ਨੇ ਉਹ ਤੁਹਾਨੂੰ ਥੋੜੇ ਜੇ ਇਰਾਕ ਚ ਮਿਲ ਜਾਣਗੇ ਇਰਾਨ ਚ ਮਿਲ ਜਾਣਗੇ ਗਾ ਤੁਰਕੀ ਤੱਕ ਉਹ ਇੱਕ ਉਹਨਾਂ ਦੀ ਹੈ ਬੈਲਟ ਤੁਰ ਹੀ ਆਉਂਦੀ ਉਹ ਕੁਰਦਿਸਤਾਨ ਮੰਗਦੇ ਆਪਣਾ ਇਹ ਜਿਹੜੀ ਲੜਕੀ ਸੀਗੀ ਇਹ ਕੁਰਦਾਂ ਦੀ ਲੜਕੀ ਸੀਗੀ ਜਿਹਦਾ ਨਾਮ ਹੈ ਮਾਸ਼ਾਮੀਨੀ ਇਹ ਆਪਣੇ ਭਰਾ ਨਾਲ ਜਲਦੀ ਸੀਗੀ ਤਹਿਰਾਨ ਜਿਹੜੀ ਰਾਜਸਤਾਨੀ ਹੈ ਉੱਥੇ ਉਹਨਾਂ ਦੇ ਕੋਈ ਰਿਸ਼ਤੇਦਾਰ ਸੀਗੇ ਰਸਤੇ 'ਚ ਇਹਨਾਂ ਦੀ ਨਾ ਇੱਕ ਉਹਨੂੰ ਮੋਰਲ ਪੁਲਸ ਕਹਿੰਦੇ ਨੇ ਮਤਲਬ ਇੱਕ ਤੇ ਆਪਣੀ ਆ ਪੁਲਸ ਆ ਇੱਕ ਰਾਹ 'ਚ ਖਲੋਤੀ ਹੋਵੇ ਕਿ ਕੀ ਬਈ ਤੂੰ ਪੈਰਾਵਾ ਠੀਕ ਪਾਇਆ ਬੀਬੀ ਨੇ ਆਪਣਾ ਮੂੰਹ ਚਾਜ ਨਾਲ ਕੱਜਿਆ ਕਿ ਨਹੀਂ ਉਹ ਇੱਕ ਪੁਲਿਸ ਵਿਸ਼ੇਸ਼ ਤੌਰ ਤੇ ਉਹ ਇਹ ਚੈਕਿੰਗ ਕਰਦੀ ਆ ਤੇ ਦੱਸਦੇ ਆ ਕਿ ਕੁੜੀ ਦਾ ਭਰਾ ਵੀ ਨਾਲ ਸੀ ਤੇ ਥੋੜਾ ਬਹੁਤਾ ਕਿਤੇ ਹੋ ਸਕਦਾ ਕੋਈ ਮੂੰਹ ਚਿਹਰਾ ਜਿਹੜਾ ਕੋ ਦਿਖਦਾ ਹੋਵੇ ਤੇ ਉਸ ਕੁੜਦ ਕੁੜੀ ਨੂੰ ਇਹਨਾਂ ਨੇ ਹਰਾਸਾ ਚਲਾ ਲਿਆ ਇਹ ਕਹਿੰਦੇ ਕਿ ਹੱਟਫੇਲ ਹੋ ਗਿਆ ਉਹਦਾ ਪੁੱਛਗਿੱਛ ਦੇ ਦੌਰਾਨ ਜਾਂ ਗੱਲਬਾਤ ਦੇ ਦੌਰਾਨ ਪਰ ਉਹ ਕਹਿੰਦੇ ਆ ਕਿ ਪੋਸਟਮਾਰਟਮ ਦੇ ਵਿੱਚ ਜਾਂ ਡੈੱਡ ਬਾਡੀ ਤੇ ਸਾਫ਼ ਤੌਰ ਤੇ ਉਹ ਸੱਟਾਂ ਜਿਹੜੀਆਂ ਨੇ ਉਹ ਪਰਮਾਨਿਤ ਹੁੰਦੀ ਆ। ਕੁੜੀ ਦੇ ਸਿਰ ਤੇ ਵੀ ਸੱਟਾਂ ਨੇ। ਵੀ ਕੁੱਟ-ਕੁੱਟ ਕੇ ਮਾਰ ਦਿੱਤੀ ਇਹਨਾਂ ਨੇ ਕੁੜੀ ਨੂੰ। ਉਸ ਤੋਂ ਬਾਅਦ ਫਿਰ ਉੱਥੋਂ ਦੀਆਂ ਜਿਹੜੀਆਂ ਔਰਤਾਂ ਸੀਗੀਆਂ ਉਹਨਾਂ ਨੇ ਜਾਂ ਕੁਝ ਹੋਰ ਜਿਹੜੇ ਲੋਕ ਸੀਗੇ ਉਹਨਾਂ ਨੇ ਇਸ ਨਿظام ਦੇ ਪ੍ਰਤੀ ਕਹਿ ਲੋ ਕਿ ਬਗਾਵਤੀ ਰੂਖ اختیار ਕਰ ਲਿਆ। ਜੀ ਕੁੜੀਆਂ ਨੇ ਆਪਣੇ ਵਾਲ ਕੱਟਣੇ ਸਟਾਰਟ ਕਰ ਦਿੱਤੇ ਆ ਜਿਹੜੇ ਹੁੰਦੇ ਨੇ ਹਿਸਾਬ ਵਗੈਰਾ ਇਹ ਸਾੜਨੇ ਸਟਾਰਟ ਕਰ ਦਿੱਤੇ ਮਤਲਬ ਕਿ ਬਹੁਤ ਉੱਥੇ ਅੱਤ ਪੈ ਗਈ ਜੀ ਹੁਣ ਤੇ ਇੱਥੋਂ ਤੱਕ ਆ ਕਿ ਇੱਕ ਕੁੜੀ ਹੋਰ ਜਿਹਨੇ ਆਪਣੇ ਉਹ ਬ੍ਰਾਊਨ ਜੇ ਵਾਲਾਂ ਵਾਲੀ ਕੁੜੀ ਸੀਗੀ ਉਹਦਾ ਨਾਮ ਮੈਨੂੰ ਭੁੱਲ ਗਿਆ ਨਫੀਸਾ ਕੁਛ ਐਸਾ ਨਾਮ ਸੀ ਹਦੀਸ ਨਫੀਸਾ ਕੁਛ ਐਸਾ ਨਾਮ ਸੀਗਾ ਉਹਨੂੰ ਵੀ ਸ਼ੂਟ ਕਰ ਦਿੱਤਾ ਗਿਆ ਹੁਣ ਤੱਕ 80 ਮੌਤਾਂ ਉੱਥੇ ਹੋ ਚੁੱਕੀਆਂ ਨੇ ਜੀ ਪਰ ਜਿਹੜੇ ਪ੍ਰੋਟੈਸਟਰਸ ਨੇ ਉਹ ਇੱਥੋਂ ਤੱਕ ਪਹੁੰਚ ਗਏ ਆ ਕਿ ਅੱਜ ਹੀ ਮੈਂ ਸਵੇਰੇ ਇੱਕ ਖਬਰ ਪੜਦਾ ਪਿਆ ਸਾਂ ਕਿ ਜਿਹੜੇ ਇਹਨਾਂ ਦੇ ਉੱਚ ਕੋਟੀ ਦੇ ਫੌਜ ਦੇ ਅਧਿਕਾਰੀ ਆ ਉਹਨਾਂ ਦੀਆਂ ਜਿਹੜੀਆਂ ਫੈਮਲੀਆਂ ਨੇ ਉਹਨਾਂ ਨੂੰ ਸੇਫ ਹਾਊਸ ਦੇ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ ਜੀ ਘਲਾ ਦਿੱਤਾ ਗਿਆ ਹੈ ਤੇ ਇਹਦਾ ਮਤਲਬ ਇਹ ਹੈ ਕਿ ਗੱਲ ਉੱਥੇ ਤਖਤਾ ਪਲਟ ਤੱਕ ਵੀ ਪਹੁੰਚੀ ਹੋ ਸਕਦੀ ਹੈ ਤੇ ਰਾਹਤ ਤੇ ਵੈਸੇ ਤੁਹਾਨੂੰ ਪਤਾ ਹੈ ਪਾਬੰਦੀਆਂ ਕਰਕੇ ਬੜੀ ਆਰਥਿਕ ਹਾਲਤ ਜਿਹੜੀ ਆਪਣੀ ਦੁਬਾਰ ਕਰ ਬੈਠਾ ਸੀਗਾ ਉਤੋਂ ਇਹ ਸਾਰਾ ਕੁਝ ਚੱਲ ਰਿਹਾ ਕਿ ਦੁਖੀ ਹੋਏ ਲੋਕ ਇਕਤਾ ਇਕਨੋਮੀ ਮੈਂ ਜਿਵੇਂ ਕਹ ਰਿਹਾ ਇਕਨੋਮੀ ਇੱਕ ਬਹੁਤ ਵੱਡੀ ਚੀਜ਼ ਆ ਅਸੀਂ ਕਈ ਵਾਰ ਕੀ ਹੈ ਕਿ ਉਹਨੂੰ ਬਹੁਤ ਲੇਟ ਸਮਝਦੇ ਆ ਸਾਡਾ ਨੁਕਸਾਨ ਹੋ ਚੁੱਕਾ ਹੁੰਦਾ ਸੀ ਜਜ਼ਬਾਤਾਂ ਚ ਅਸੀਂ ਜਾਂ ਮਤਲਬ ਕਿ ਜੋ ਸਾਡੇ ਧਾਰਮਿਕ ਵੈਲਿਊਜ਼ ਹੁੰਦੀਆਂ ਕਦਰਾਂ ਕੀਮਤਾਂ ਹੁੰਦੀਆਂ ਅਸੀਂ ਉਹਨਾਂ ਦੇ ਨਾਲ ਜ਼ਿਆਦਾ ਜੁੜੇ ਹੁੰਨੇ ਆ ਤਾਂ ਉਹ ਕਈ ਵਾਰ ਉਹ ਚੀਜ਼ਾਂ ਸਾਡੇ ਵਾਸਤੇ ਸੈਕੰਡਰੀ ਹੁੰਦੀਆਂ ਪਰ ਇੱਕ ਮੌਕੇ ਤੇ ਆ ਕੇ ਉਹਨਾਂ ਚੀਜ਼ਾਂ ਨੂੰ ਵੀ ਫਿਰ ਲੋਕ ਸਮਝਦੇ ਆ ਕਿ ਯਾਰ ਇਹ ਵੀ ਜ਼ਰੂਰੀ ਨੇ ਤਾਂ ਉੱਥੇ ਇਹਨਾਂ ਨੇ ਨਿਊਕਲੀਅਰ ਬਣਾਉਣਾ ਸ਼ੁਰੂ ਕੀਤਾ ਬੰਬ ਜੀ ਉਹ ਤੋਂ ਬਾਅਦ ਸਾਰੀਆਂ ਚੀਜ਼ਾਂ ਤੁਸੀਂ ਦੇਖਿਆ ਹੋਣਾ ਯੂਐਸ ਦੇ ਨਾਲ ਪਹਿਲਾਂ ਸੰਧੀ ਵੀ ਹੋ ਗਈ ਫਿਰ ਬਾਅਦ ਦੇ ਵਿੱਚ ਗੱਲਬਾਤ ਇਹਨਾਂ ਦੀ ਟੁੱਟ ਵੀ ਗਈ ਜਦੋਂ ਉਹ ਆਇਆ ਟਰੰਪ ਉਹਨੇ ਫਿਰ ਬਹੁਤ ਕਰੜਾਈ ਕਰ ਦਿੱਤੀ ਇਹਨਾਂ ਤੇ ਤਾਂ ਗੱਲ ਇਹ ਆ ਕਿ ਹੁਣ ਇਸ ਵੇਲੇ ਉੱਥੇ ਹਾਲਾਤ ਬੜੇ ਖਰਾਬ ਨੇ ਪ੍ਰੋਟੈਸਟਰਸ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਕੁਝ ਵੀ ਹੋ ਸਕਦਾ ਪਰ ਇਸ ਮਾਮਲੇ ਦੀ ਜੜ ਜੜੀ ਆ ਉਹ ਪਹਿਰਾਵੇ ਨਾਲ ਜੁੜਦੀ ਆ ਜਾਂ ਕਹਿ ਲੋ ਕਿ ਜਿਹੜੀ ਮੋਰਲ ਪੁਲਸਿੰਗ ਕੀਤੀ ਜਾਂਦੀ ਇਹਦੇ ਨਾਲ ਜੁੜਦੀ ਆ ਤੇ ਕਮਾਲ ਦੀ ਗੱਲ ਆ ਕਿ ਉੱਥੇ ਹਿਜਾਬ ਲਾਉਣ ਨੂੰ ਲੈ ਕੇ ਪ੍ਰੋਟੈਸਟ ਹੋ ਰਿਹਾ ਆਪਣੇ ਇੰਡੀਆ ਚ ਹਿਜਾਬ ਪਾਉਣ ਨੂੰ ਲੈ ਕੇ ਵੇਖ ਲਓ ਕਿੰਨੀ ਵੱਡੀ ਲੜਾਈ ਲੜੀ ਜਾ ਰਹੀ ਆ ਤੇ ਇਸੇ ਦਰਮਿਆਨ ਇੱਕ ਮੁਸਲਮ ਸ਼ੋਹਰ ਨੇ ਇੱਕ ਬੀਬੀ ਨੂੰ ਕਤਲ ਕਰ ਦਿੱਤਾ ਬੰਬੇ ਦੇ ਵਿੱਚ ਸਿਰਫ ਇਸ ਕਰਕੇ ਕਿਉਂਕਿ ਉਹ ਕੁੜੀ ਹਿੰਦੂ ਸੀ ਲਵ ਮੈਰਿਜ ਹੋਈ ਤੇ ਉਹ ਕਹਿੰਦਾ ਸੀਗਾ ਕਿ ਜੋ ਸਾਡਾ ਮਤਲਬ ਕਿ ਮੁਸਲਮਾਨਾਂ ਦਾ ਟ੍ਰੈਡੀਸ਼ਨ ਹੈ ਤੇ ਤੂੰ ਉਹਦੇ ਮੁਤਾਬਕ ਇਹ ਬੁਰਕਾ ਪਹਿਨ ਇੱਕ ਪਾਸੇ ਇੱਧਰ ਇਹ ਗੱਲਾਂ ਨੇ ਉਧਰ ਉਹ ਗੱਲਾਂ ਨੇ ਸੋ ਦੁਨੀਆ ਦੇ ਵਿੱਚ ਪੂਰੀ ਹਲਚਲ ਹੈ ਇਸ ਵੇਲੇ ਇੱਕ ਪਾਸੇ ਆਪਾਂ ਰਸ਼ੀਆ ਯੂਕਰੇਨ ਉਹ ਦੇਖਨੇ ਆ ਅਰਮੀਨੀਆ ਅਜ਼ਰਬੈਜਾਨ ਉਹਨਾਂ ਦੀ ਵਿਆਪਸ ਦੇ ਵਿੱਚ ਪੂਰੀ ਤੜੀ ਹੋਈ ਪਈ ਆ ਤਾਂ ਇੱਕ ਇਹ ਵੀ ਇਸ ਵੇਲੇ ਬਹੁਤ ਵੱਡੀ ਖਬਰ ਆ ਬਿਲਕੁਲ ਬਿਲਕੁਲ ਉਥੋਂ ਦੀ ਔਰ ਡਿਕਟੇਟਰਸ਼ਿਪ ਬਿਹੇਵੀਅਰ ਦੇ ਖਿਲਾਫ ਵੀ ਬੜਾ ਵੱਡਾ ਬਾਕੀ ਹੈ ਨਾ ਫਿਰ ਮੈਂ ਤੁਹਾਨੂੰ ਉਹੀ ਦੱਸ ਰਿਹਾ ਕਿ ਜੋ ਉਹਨਾਂ ਨੇ ਇਹਨਾਂ 40-45 ਸਾਲਾਂ ਚ ਕੀਤਾ ਜਨਤਾ ਉਹਦੇ ਤੋਂ ਦੁਖੀ ਆ ਕਿ ਭਾਈ ਤੁਸੀਂ ਸਾਰਾ ਕੁਝ ਜਿਹੜਾ ਉਹ ਇਹੀ ਕਰਦੇ ਰਹੇ ਕਿ ਆਪਣੇ ਸਾਡੇ ਜੀ ਧਾਰਮਿਕ માનਤਾਵਾਂ ਵਾਲੇ ਜਿਹੜੇ ਮਾਮਲੇ ਨੇ ਉਹ ਉੱਤੇ ਰਹਿਣ ਬੇਰੋਜ਼ਗਾਰੀ ਵਧ ਗਈ ਇਕਨੋਮੀ ਬਿਲਕੁਲ ਉਹਨਾਂ ਦੀ ਡਾਊਨਫਾਲ ਕਰ ਗਈ ਸਾਰਾ ਸਿਸਟਮ ਹੀ ਕੋਲੈਪਸ ਕਰ ਗਿਆ ਨਾ ਤਾਂ ਫਿਰ ਲੋਕਾਂ ਦਾ ਗੁੱਸਾ ਕਿਸੇ ਨਾ ਕਿਸੇ ਥਾਂ ਤੇ ਆ ਕੇ ਨਿਕਲਦਾ ਹੈ ਬਿਲਕੁਲ 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 ਜੀ ਇਧਰੋਂ ਰਿਸ਼ੀ ਗੁਦਾਰਾ ਜੀ ਕਹੇ ਕਿ ਤੁਹਾਡਾ ਪ੍ਰੋਗਰਾਮ ਸੁਣਦੇ ਸੁਣਦੇ ਪਤਾ ਹੀ ਨਹੀਂ ਲੱਗਦਾ ਜੀ ਕਿੰਨਾ ਟਾਈਮ ਨਿਕਲ ਜਾਂਦਾ ਨਾਲੇ ਨਾਲੇ ਖੇਤਾਂ 'ਚ ਬੈਠੇ ਕੰਮ ਕਰੀ ਜਾਂਦੇ ਜੀ ਜੀ ਸ਼ੁਕਰੀਆ ਨਾਲ ਇਹਨਾਂ ਨੇ ਯਾਰ ਵੀ ਕਰਾਤਾ ਕਿ ਸਮਾਂ ਵੀ ਸਮਾਂ ਵੀ ਹੋ ਗਿਆ ਚਲੋ ਸਮਾ ਸਮਰਾਥ ਜੀ ਸਮੇਂ ਨੇ ਹੋ ਗਿਆ ਬਿਲਕੁਲ ਬਿਲਕੁਲ ਵਲਪਰੀ ਜੀ ਕਹੇ ਲਾਸਟ ਕਮੈਂਟ ਲੈਣੇ ਕਹਿੰਦੇ ਕਿ ਬਹੁਤ ਸਾਰੇ ਮੇਰੇ ਮੁਸਲਮ ਨਹੀਂ ਕਹਿਣਾ ਚਾਹੁੰਦੇ ਕਿ ਹੋ ਸਕਦਾ ਕੋਈ ਇਹ ਕਾਰਨ ਹੋਵੇ ਜਾਂ ਕੋਈ ਹੋਰ ਵੱਖਰਾ ਕਾਰਨ ਹੋਵੇ ਦੇਖੋ ਇਹ ਤਾਂ ਫਿਰ ਹੁਣ ਉਹਨਾਂ ਦੇ ਦੁੱਖ ਨੇ ਨਾ ਜੀ ਦੁੱਖ ਨੇ ਇਹਨਾਂ ਦੇ ਕਹਿਣ ਦਾ ਮਤਲਬ ਇਹ ਹੈ ਕਿ ਦੁਖੀ ਹੋ ਕੇ ਫਿਰ ਆ ਕੇ ਇੱਥੇ ਦੱਸਦੇ ਆ ਅਸੀਂ ਭਾਈ ਆ ਗੱਲਾਂ ਨੇ ਆ ਬਾਤਾਂ ਨੇ ਤਾਂ ਖੁੱਲ ਕੇ ਕਦੇ ਲਿਖਣ ਤੇ ਆਪਾਂ ਨੂੰ ਥੋੜੀ ਹੋਰ ਜਾਣਕਾਰੀ ਮਾਇਆ ਹੋਏਗੀ ਤਾਂ ਬਿਲਕੁਲ ਲੋਕ ਉੱਥੇ ਦੁਖੀ ਨੇ ਇਹਦੇ 'ਚ ਕੋਈ ਸ਼ੱਕ ਨਹੀਂ ਹਾਲਾਂਕਿ ਈਰਾਨ ਕਿਸੇ ਸਮੇਂ ਵਿੱਚ ਜਿਵੇਂ ਕਿਹਾ ਕਿ ਬੜਾ ਅੱਗੇ ਸੀ ਐਡਵਾਂਸ ਸੀਗਾ ਅੱਜ ਵੀ ਉਹਦੇ ਕੋਲ ਤੇਲ ਬਹੁਤ ਆ ਪਰ ਉਹਨਾਂ ਤੇ ਪਾਬੰਦੀਆਂ ਤੇਲ ਵੇਚ ਨਹੀਂ ਸਕਦੇ ਹੁਣ ਇੰਡੀਆ ਨੂੰ ਆਫਰ ਕੀਤਾ ਉਹਨਾਂ ਨੇ ਕਿ ਅਸੀਂ 30% ਤੁਹਾਨੂੰ 30% ਰਹਿਤ ਦੇਨੇ ਆਓ ਚੱਕੋ ਸਾਡੇ ਤੋਂ ਤੇਲ ਤਾਂ ਹੋ ਸਕਦਾ ਇੰਡੀਆ ਕਰ ਲਵੇ ਡੀਲ ਕਿਉਂਕਿ ਯੂਐਸ ਦੇ ਪੱਖ ਤੋਂ ਜੇ ਦੇਖੋਗੇ ਤਾਂ ਇਹ ਮਹੱਤਵਪੂਰਨ ਲਾਈ ਹੈ ਤਾਂ ਹੋ ਸਕਦਾ ਕਿ ਇਧਰੋਂ ਵੀ ਰਹਿਤ ਦੇ ਦੇਣ